ਅੱਜ ਜਿਹੜੀ ਗਤੀਵਿਧੀ ਅਸੀਂ ਕਰ ਰਹੇ ਹਾਂ ਉਸਦਾ ਟੋਪਿਕ ਹੈ ਫਾਇੰਡ ਆਊਟ ਹਿਡਨ ਵਰਡਸ ਫਰੋਮ ਦਾ ਫੋਲੋਇੰਗ ਵਰਡਸ। ਜਿਹੜੇ ਸ਼ਬਦ ਤੁਹਾਡੇ ਸਾਹਮਣੇ ਲਿਖੇ ਹਨ ਇਹਨਾਂ ਵਿੱਚ ਕੋਈ ਨਵੇਂ ਸ਼ਬਦ ਛੁਪੇ ਹੋਏ ਹਨ, ਉਹਨਾਂ ਸ਼ਬਦਾਂ ਨੂੰ ਅਸੀਂ ਲਿਖਣਾ। ਸਭ ਤੋਂ ਪਹਿਲਾਂ ਤਾਂ ਮੈਂ ਸ਼ਬਦ ਲਿਖੇ ਹੋਏ ਹਨ, ਉਹਨਾਂ ਦੇ ਨਾਲ ਉਹਨਾਂ ਦੇ ਮੀਨਿੰਗ ਵੀ ਹਨ। ਹੁਣ ਅਸੀਂ ਕਰਦੇ ਹਾਂ ਉਸਦੇ ਵਿੱਚ ਕਿਹੜੇ ਕਿਹੜੇ ਹੋਰ ਸ਼ਬਦ ਨਿਕਲ ਸਕਦੇ ਹਨ ਉਹ ਅਤੇ ਉਹਨਾਂ ਦੀ ਮੀਨਿੰਗ। ਇਹ ਪਹਿਲਾ ਸ਼ਬਦ ਹੈ ਗੋਲਡ। ਗੋਲਡ ਮੀਨਸ ਸੋਨਾ, ਜੋ ਆਮ ਤੌਰ 'ਤੇ ਅਸੀਂ ਘਰਾਂ ਦੇ ਵਿੱਚ ਕੰਨਾਂ ਵਿੱਚ ਜਾਂ ਮੁੰਦਰੀ ਵਗੈਰਾ ਦੇ ਰੂਪ ਵਿੱਚ ਪਾਉਂਦੇ ਹਾਂ। ਗੋਲਡ, ਇਹਦੇ ਸ਼ਬਦ ਛੁਪਿਆ ਓਲਡ, ਓ ਐਲ ਡੀ, ਓਲਡ। ਓਲਡ ਮੀਨਸ ਪੁਰਾਣਾ। ਦੂਸਰਾ ਸ਼ਬਦ ਹੈ ਨੀਅਰ। ਨੀਅਰ ਦੇ ਵਿੱਚ ਸ਼ਬਦ ਛੁਪਿਆ ਹੈ ਈਅਰ, ਈ ਏ ਆਰ। ਈਅਰ ਮੈਨੇ ਸਾਡਾ ਕੰਨ। ਅੱਗੇ ਹੈ ਕੋਨ। ਜਿਹੜੀ ਤੁਸੀਂ ਆਈਸਕ੍ਰੀਮ ਖਾਂਦੇ ਉਹਦੇ ਵਿੱਚ ਇੱਕ ਕੋਨ ਹੁੰਦੀ ਹੈ, ਮੈਥਡ ਵੀ ਵਰਤੀ ਜਾਂਦੀ ਹੈ ਕੋਨ। ਤਾਂ ਕੋਨ ਦਾ ਮਤਲਬ ਕੋਨ ਹੈ। ਇਸਦੇ ਵਿੱਚ ਛੁਪਿਆ ਹੈ ਵਨ, ਓ ਐਨ ਈ, ਵਨ। ਵਨ ਮੀਨਸ ਇੱਕ, ਜੋ ਅਸੀਂ ਗਿਣਤੀ ਕਰਦੇ ਹਾਂ। ਅੱਗੇ ਹੈ ਥਿੰਕ। ਥਿੰਕ ਦਾ ਮਤਲਬ ਸੋਚਣਾ, ਪਰ ਇਹਦੇ ਵਿੱਚ ਛੁਪਿਆ ਹੈ ਇੰਕ। ਇੰਕ ਮੀਨਸ ਸਿਆਹੀ, ਜੋ ਅਸੀਂ ਪੈਨ ਵਿੱਚ ਭਰਦੇ ਹਾਂ ਜਾਂ ਕਲਮ ਨਾਲ ਲਿਖਣ ਲਈ ਵਰਤਦੇ ਹਾਂ, ਸਿਆਹੀ। ਅਗਲਾ ਸ਼ਬਦ ਹੈ ਵਾਲ। ਵਾਲ ਮੀਨਸ ਕੰਧ ਜਾਂ ਦੀਵਾਰ। ਇਸਦੇ ਵਿੱਚ ਕੀ ਛੁਪਿਆ ਹੈ ਆਲ, ਏ ਡਬਲ ਐਲ, ਆਲ। ਆਲ ਮੀਨਸ ਸਾਰੇ। ਅੱਗੇ ਹੈ ਪੇਜ। ਪੇਜ ਮੀਨਸ ਜਿਹੜੀ ਅਸੀਂ ਕਿਤਾਬ ਦਾ ਪੇਜ ਪਰਤਣ ਨੂੰ ਕਹਿੰਦੇ ਹਾਂ। ਪੇਜ ਨੰਬਰ ਆ ਕੱਢ ਲਓ, ਪੇਜ ਨੰਬਰ 35 ਕੱਢ ਲਓ, ਪੇਜ ਨੰਬਰ 36, 37, 38, ਇਸ ਤਰ੍ਹਾਂ ਗੱਲ ਕਰਦੇ। ਪੇਜ ਨੂੰ ਪੰਜਾਬੀ 'ਚ ਕਹਿੰਦੇ ਹਨ ਪੰਨਾ। ਤਾਂ ਪੇਜ ਦੇ ਵਿੱਚ ਛੁਪਿਆ ਹੋਇਆ ਹੈ ਏ ਜੀ ਈ ਏਜ, ਏ ਜੀ ਈ ਏਜ। ਏਜ ਮੀਨਸ ਉਮਰ। ਅੱਗੇ ਹੈ ਅਬਾਊਟ। ਅਬਾਊਟ ਮੀਨਸ ਬਾਰੇ, ਕਿਸੇ ਬਾਰੇ ਗੱਲ ਕਰਨਾ। ਤਾਂ ਉਹਦੇ ਵਿੱਚ ਛੁਪਿਆ ਹੈ ਓ ਯੂ ਟੀ, ਆਊਟ। ਆਊਟ ਮੀਨਸ ਬਾਹਰ। ਅੱਗੇ ਹੈ ਯੂਅਰ। ਯੂਅਰ ਮੀਨਸ ਤੁਹਾਡਾ। ਔਰ, ਓ ਯੂ ਆਰ, ਔਰ ਮੀਨਸ ਸਾਡਾ। ਅੱਗੇ ਹੈ ਫਰੈਂਡ। ਫਰੈਂਡ, ਫਰੈਂਡ ਮੀਨਸ ਹੈ, ਜੇਕਰ ਲੜਕੇ ਦਾ ਫਰੈਂਡ ਹੈ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਮਿੱਤਰ ਜਾਂ ਦੋਸਤ, ਜੇਕਰ ਲੜਕੀ ਲੜਕੀ ਦੀ ਫਰੈਂਡ ਹੈ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਸਹੇਲੀ। ਤਾਂ ਇਹਦੇ ਵਿੱਚ ਕੀ ਛੁਪਿਆ ਹੈ ਐਂਡ। ਐਂਡ ਮੀਨਸ ਅੰਤ ਜਾਂ ਅਖੀਰ। ਜਿਵੇਂ ਅਸੀਂ ਫਿਲਮ ਦੇਖਣ ਜਾਂਦੇ ਹਾਂ ਸਿਨੇਮੇ ਦੇ ਵਿੱਚ, ਤਾਂ ਫਿਲਮ ਦੇ ਲਾਸਟ 'ਚ ਜਾਂਦਾ ਦੀ ਐਂਡ, ਭਾਵ ਕਿ ਫਿਲਮ ਖਤਮ ਹੋ ਗਈ ਹੈ, ਫਿਲਮ ਇੰਨੀ ਤੱਕ ਹੀ ਸੀ। ਅੱਗੇ ਹੈ ਚਾਰਟ। ਚਾਰਟ ਦਾ ਮੀਨਿੰਗ ਹੈ ਇੱਕ ਵੱਡਾ ਸਾਰਾ ਪੇਜ ਕਲਰ ਜਾਂ ਵਾਈਟ, ਜਿਹਦੇ ਉੱਤੇ ਅਸੀਂ ਆਪਣੀ ਕਲਾਕਾਰੀ ਕਰਕੇ ਆਪਣੇ ਕਮਰੇ ਨੂੰ ਸੋਹਣਾ ਬਣਾਉਣ ਲਈ ਦੀਵਾਰ 'ਤੇ ਲਗਾਉਂਦੇ ਹਾਂ। ਇਹਦੇ ਵਿੱਚ ਛੁਪਿਆ ਆਰਟ, ਏ ਆਰ ਡੀ, ਆਰਟ। ਆਰਟ ਮੀਨਸ ਤੁਹਾਡੇ ਦੁਆਰਾ ਕੀਤੀ ਗਈ ਕਲਾਕਾਰੀ, ਇਸ ਨੂੰ ਕਹਿੰਦੇ ਹਨ ਆਰਟ। ਸੋ ਬੱਚਿਓ, ਇਹ ਸੀ ਅੱਜ ਦਾ ਟੋਪਿਕ